ਇਸ ਵੇਲੇ ਦੀ ਵੱਡੀ ਖਬਰ, ਦਿੱਲੀ ਦੇ ਵਿੱਚ ਲੋਕਡਾਊਨ ਵਧਾ ਦਿੱਤਾ ਗਿਆ ਇੱਕ ਹਫ਼ਤੇ ਦੇ ਵਾਸਤੇ, ਹੋਰ ਇਹ ਲੋਕਡਾਊਨ ਵਧਾਇਆ ਗਿਆ ਹੈ। ਸੀਐਮ ਅਰਵਿੰਦ ਕੇਜਰੀਵਾਲ ਨੇ ਇਸ ਦੀ ਜਾਣਕਾਰੀ ਦਿੱਤੀ ਹੈ, ਐਲਾਨ ਕੀਤਾ ਕਿ ਹਾਲਾਤਾਂ ਨੂੰ ਦੇਖਦੇ ਹੋਏ ਇੱਕ ਵਾਰੀ ਫਿਰ ਇੱਕ ਹਫ਼ਤੇ ਦੇ ਵਾਸਤੇ ਲੋਕਡਾਊਨ ਵਧਾ ਦਿੱਤਾ ਗਿਆ ਹੈ ਅਤੇ ਹੁਣ 24 ਮਈ ਸਵੇਰੇ 5 ਵਜੇ ਤੱਕ ਇਹ ਲੋਕਡਾਊਨ ਜਾਰੀ ਰਹੇਗਾ। ਦਿੱਲੀ ਦੇ ਵਿੱਚ ਸਭ ਤੋਂ ਪਹਿਲਾਂ ਵੀ ਇੱਕ ਹਫ਼ਤੇ ਦਾ ਲੋਕਡਾਊਨ ਲਗਾਇਆ ਗਿਆ ਸੀ, ਫਿਰ ਉਹ ਅੱਗੇ ਐਕਸਟੈਂਡ ਹੁੰਦਾ ਗਿਆ ਅਤੇ ਹੁਣ ਇੱਕ ਵਾਰ ਫਿਰ ਅੱਜ ਦਿੱਲੀ ਦੇ ਵਿੱਚ ਲੋਕਡਾਊਨ ਵਧਾ ਦਿੱਤਾ ਗਿਆ ਇੱਕ ਹਫ਼ਤੇ ਦੇ ਵਾਸਤੇ ਹੋਰ, ਅਤੇ ਹੁਣ 24 ਮਈ ਸਵੇਰੇ 5 ਵਜੇ ਤੱਕ ਦਿੱਲੀ ਦੇ ਵਿੱਚ ਲੋਕਡਾਊਨ ਜਾਰੀ ਰਹੇਗਾ। ਜੋ ਵੀ ਹਾਲਾਤ ਦਿੱਲੀ ਦੇ ਬਣੇ ਹੋਏ ਨੇ ਉਹਨਾਂ ਨੂੰ ਦੇਖਦੇ ਹੋਏ ਫੈਸਲਾ ਲਿਆ ਗਿਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਸਾਨੂੰ ਹਾਲਾਤਾਂ ਨੂੰ ਕਾਬੂ ਕਰਨ ਦੇ ਵਾਸਤੇ ਹੋਰ ਸਮਾਂ ਚਾਹੀਦਾ। ਲਗਾਤਾਰ ਕੇਜਰੀਵਾਲ ਕਹਿ ਰਹੇ ਨੇ ਕਿ ਜੋ ਸਿਸਟਮ ਬਣਿਆ ਹੋਇਆ ਉਸਨੂੰ ਰਿਕਵਰ ਕਰਨ ਲਈ ਲੋਕਡਾਊਨ ਲਗਾਉਣਾ ਪੈ ਰਿਹਾ ਅਤੇ ਅੱਜ ਇੱਕ ਵਾਰ ਫਿਰ ਇੱਕ ਹਫ਼ਤੇ ਦਾ ਲੋਕਡਾਊਨ ਲਗਾ ਦਿੱਤਾ ਗਿਆ। ਮੇਰੇ ਨਾਲ ਮੇਰੇ ਸਹਿਯੋਗੀ ਨਿਤਿਨ ਧਮਾਨ ਮੌਜੂਦ ਨੇ। ਨਿਤਿਨ, ਦਿੱਲੀ ਦੇ ਵਿੱਚ ਫਿਰ ਤੋਂ ਇੱਕ ਹਫ਼ਤੇ ਦਾ ਲੋਕਡਾਊਨ ਲੱਗ ਗਿਆ? ਬਿਲਕੁਲ, ਅੱਜ ਤੋਂ ਹੁਣ ਕੱਲ ਸੋਮਵਾਰ ਨੂੰ ਖਤਮ ਹੋ ਰਿਹਾ ਸੀ, ਹੁਣ ਪੂਰਾ ਅਗਲੇ ਸੋਮਵਾਰ 5 ਵਜੇ ਤੱਕ ਲੋਕਡਾਊਨ ਰਹੇਗਾ। ਮੈਟਰੋ ਵੀ ਬੰਦ ਰਹੇਗੀ, ਜਿਹੜਾ ਚੱਲ ਰਿਹਾ ਸੀ ਉਹੀ ਚੱਲੇਗਾ। ਦਰਅਸਲ ਦਿੱਲੀ ਦੇ ਵਿੱਚ ਫਾਇਦਾ ਲੋਕਡਾਊਨ ਦਾ ਜ਼ਰੂਰ ਨਜ਼ਰ ਆ ਰਿਹਾ ਹੈ, ਕਿਉਂਕਿ ਰੋਜ਼ ਕੇਸ ਘੱਟ ਰਹੇ ਨੇ। 34,000 ਤੋਂ ਘੱਟ ਕੇ 65,000-6,500 ਦੇ ਕਰੀਬ ਕੇਸ ਅੱਜ ਆਏ ਨੇ, ਮਤਲਬ ਕਾਫੀ ਫਾਸਲਾ। ਤੇ ਪੋਜ਼ਿਟਿਵਿਟੀ ਰੇਟ ਜਿਹੜਾ 30% ਤੇ ਉੱਪਰ ਹੋ ਗਿਆ ਸੀ, ਉਹ ਘੱਟ ਕੇ 10% ਤੇ ਆ ਗਿਆ ਹੈ। ਵੱਡਾ ਫਰਕ ਨਜ਼ਰ ਆ ਰਿਹਾ ਨਵੇਂ ਮਾਮਲਿਆਂ ਦੇ ਵਿੱਚ? ਬਿਲਕੁਲ, ਐਕਸਪਰਟਸ ਦਾ ਮੰਨਣਾ ਹੈ ਕਿ ਜਦੋਂ 5% ਤੇ ਪੋਜ਼ਿਟਿਵਿਟੀ ਰੇਟ ਆ ਜਾਂਦਾ ਹੈ ਫਿਰ ਮੰਨਿਆ ਜਾਂਦਾ ਕਿ ਹੁਣ ਸਥਿਤੀ ਬਿਲਕੁਲ ਠੀਕ ਹੈ। ਹਾਲਾਂਕਿ ਦਿੱਲੀ ਚ ਹਸਪੀਟਲ ਤੇ ਵੀ ਲੋਡ ਘਟਿਆ, ਹੁਣ ਕਾਫੀ ਬੈੱਡ ਜਿਹੜੇ ਖਾਲੀ ਨਜ਼ਰ ਆ ਰਹੇ ਨੇ। ਤੇ ਇਹਨੂੰ ਲੈ ਕੇ ਹੁਣ ਐਕਸਪਰਟਸ ਦਾ ਕਹਿਣਾ ਹੈ ਕਿ ਇੱਕ ਹਫ਼ਤਾ ਹੋਰ ਇਹੋ ਜਿਹੀਆਂ ਬੰਦਿਸ਼ਾਂ ਰਹਿਣ ਤਾਂ ਉਸ ਕਰਕੇ ਫਿਰ ਜਿਹੜੀ ਪੋਜ਼ਿਟਿਵਿਟੀ ਰੇਟ ਆ ਉਹ 5% ਤੇ ਆ ਜਾਵੇ, ਕਿਉਂਕਿ ਆਲਰੇਡੀ 10% ਤੇ ਆ ਚੁੱਕਿਆ ਹੈ। ਇਸ ਕਰਕੇ ਇੱਕ ਹਫ਼ਤਾ ਹੋਰ ਵਧਾਇਆ ਗਿਆ ਹੈ ਤੇ ਉਸ ਤੋਂ ਬਾਅਦ ਮੰਨਿਆ ਜਾ ਰਿਹਾ ਕਿ ਇੱਕਦਮ ਨਹੀਂ ਖੁੱਲੀ ਜਾਏਗੀ ਦਿੱਲੀ। ਤੇ ਸੂਤਰਾਂ ਮੁਤਾਬਿਕ ਹੌਲੇ ਹੌਲੇ ਖੋਲਿਆ ਜਾਏਗਾ, ਜਿਸ ਤਰ੍ਹਾਂ ਪਿਛਲੇ ਸਾਲ ਪਹਿਲਾਂ ਕੁਛ ਦੁਕਾਨਾਂ ਖੋਲੀਆਂ ਗਈਆਂ ਫਿਰ ਬਾਜ਼ਾਰ ਖੋਲੇ ਗਏ, ਉਸੇ ਤਰ੍ਹਾਂ ਸਲੋਲੀ ਪ੍ਰੋਸੈਸ ਦੇ ਨਾਲ ਉਹ ਖੋਲਿਆ ਜਾਏਗਾ। ਬਾਕੀ ਪੂਰੇ ਦੇਸ਼ ਦੇ ਵਿੱਚ ਵੀ ਜਿਹਨਾਂ ਸਟੇਟ ਦੇ ਵਿੱਚ ਪਹਿਲਾਂ ਰਾਈਜ਼ ਤੇ ਗਿਆ ਸੀ ਨੰਬਰ, ਉਹਨਾਂ ਤੇ ਘੱਟ ਰਿਹਾ, ਤੇ ਜਿਹਨਾਂ ਤੇ ਪਹਿਲਾਂ ਡਾਊਨ ਸੀਗਾ ਉਹਨਾਂ ਦੇ ਵਿੱਚ ਹੋ ਰਿਹਾ। ਇੱਕ ਚੀਜ਼ ਹੋਰ ਟ੍ਰੈਂਡ ਹਰਮਨ, ਅਸੀਂ ਦੇਖਿਆ ਕਿ ਰੂਰਲ ਦੇ ਵਿੱਚ ਜ਼ਿਆਦਾ ਜਾ ਰਿਹਾ ਹੈ ਕੋਰੋਨਾ ਦੇ ਕੇਸਿਸ, ਤੇ ਅਰਬਨ ਏਰੀਆ 'ਚ ਘੱਟ ਰਹੇ ਨੇ, ਕਿਉਂਕਿ ਦਿੱਲੀ ਸਰਕਾਰ ਨੇ ਕੁਛ ਦਿਨ ਪਹਿਲਾਂ ਇਹ ਵੀ ਕਿਹਾ ਸੀ ਮਨੀਸ਼ ਸਿਸੋਦੀਆ ਨੇ ਕਿ ਸਾਡੇ ਕੋਲ ਆਕਸੀਜਨ ਜਿਹੜੀ ਹੈ ਉਹ ਵਾਧੂ ਆ ਰਹੀ ਹੈ, ਤੇ ਅਸੀਂ ਹੁਣ ਜਿਹਨਾਂ ਪੜੋਸੀ ਸਟੇਟਸ ਨੂੰ ਲੋੜ ਹੈ ਉਹਨਾਂ ਨੂੰ ਦੇ ਦਿੱਤੀ ਜਾਏ, ਸਾਡੇ ਕੋਲ ਹੁਣ ਵਾਧੂ ਆਕਸੀਜਨ ਆਏ। ਤਾਂ ਮਤਲਬ ਹਾਲਾਤ ਕਾਫੀ ਸੁਧਰ ਰਹੇ ਨੇ ਪਿਛਲੇ 15-20 ਦਿਨ ਤੋਂ, ਪਰ ਹਾਲਾਤ ਅੱਗੇ ਵੀ ਠੀਕ ਠਾਕ ਸੁਧਰ ਜਾਣ, ਇਸ ਕਰਕੇ ਇੱਕ ਹਫ਼ਤੇ ਦਾ ਹੋਰ ਲੋਕਡਾਊਨ ਇਹ ਲਾਇਆ ਗਿਆ ਹੈ। ਨਿਤਿਨ, ਇਸ ਦੇ ਬਾਅਦ ਉਮੀਦ ਹੈ ਕਿ ਫਿਰ ਜਿਹੜੀ ਅਨਲੋਕਿੰਗ ਦਾ ਪ੍ਰੋਸੈਸ ਹੈ ਸ਼ੁਰੂ ਹੋਏਗੀ ਇੱਕ ਹਫ਼ਤੇ ਦੇ ਬਾਅਦ, ਜਾਂ ਹੋਰ ਵੱਧ ਸਕਦਾ ਹਲੇ? ਦੇਖੋ, ਉਮੀਦ ਇਹੀ ਜਤਾਈ ਜਾ ਰਹੀ ਹੈ, ਇਹ ਵੀ ਹੋ ਸਕਦਾ 1 ਜੂਨ ਤੋਂ ਸ਼ੁਰੂ ਹੋਏ ਅਨਲੋਕਿੰਗ ਦਾ ਪ੍ਰੋਸੈਸ, ਪਰ ਹਾਲਾਤ ਕਾਫੀ ਸੁਧਰ ਗਏ ਨੇ। ਜੇ ਇਸੀ ਤਰ੍ਹਾਂ ਹਾਲਾਤ ਸੁਧਰਦੇ ਇੱਕ ਹਫ਼ਤੇ ਦੇ ਵਿੱਚ ਰਹੇ ਤਾਂ ਮੰਨਿਆ ਜਾ ਸਕਦਾ ਕਿ ਅਗਲੇ ਹਫ਼ਤੇ ਤੋਂ ਅਨਲੋਕਿੰਗ ਸ਼ੁਰੂ ਹੋ ਸਕਦੀ ਹੈ, ਕਿਉਂਕਿ 6,000 ਕੇਸ ਹੁਣ ਆ ਰਹੇ ਨੇ ਤੇ ਇੱਕ ਹਫ਼ਤੇ ਦੇ ਵਿੱਚ। ਮੰਨ ਲਓ ਸਰਕਾਰ ਦਾ ਇੱਕ ਟੀਚਾ ਵੀ ਹੈ ਕਿ ਜਦੋਂ 1 ਜਾਂ 2,000 ਦੇ ਉੱਪਰ ਗਿਣਤੀ ਆ ਜਾਏਗੀ ਤਾਂ ਉਸ ਤੋਂ ਬਾਅਦ ਚੀਜ਼ਾਂ ਖੋਲ ਦਿੱਤੀਆਂ ਜਾਣ, ਕਿਉਂਕਿ ਲੋਕ ਪਿਛਲੇ ਸਾਲ ਜਦੋਂ ਲੋਕਡਾਊਨ ਲੱਗਾ ਸੀ ਤੇ ਪੁਲਿਸ ਵਾਲਿਆਂ ਨੂੰ ਡੰਡੇ ਦੇ ਜ਼ੋਰ ਤੇ ਲੋਕਾਂ ਨੂੰ ਘਰਾਂ ਦੇ ਵਿੱਚ ਭੇਜਣਾ ਪੈਂਦਾ ਸੀ, ਪਰ ਇਸ ਵਾਰ ਲੋਕ ਆਪ ਹੀ ਡਰੇ ਹੋਏ ਨੇ, ਜੋ ਹਾਲਾਤ ਦੇਖ ਲਏ ਉਹਨਾਂ ਨੇ ਦਿੱਲੀ ਦੇ ਵਿੱਚ, ਨਾ ਆਕਸੀਜਨ ਮਿਲਦੀ ਨਾ ਦਵਾਈ ਨਾ ਕੁਛ, ਤਾਂ ਲੋਕ ਆਪ ਹੀ ਘਰਾਂ ਦੇ ਵਿੱਚ ਬੈਠੇ ਹੋਏ ਨੇ। ਪੁਲਿਸ ਦੀ ਕੋਈ ਸਖਤੀ ਨਹੀਂ ਹੈ, ਕੋਈ ਇੰਨੀ ਜ਼ਿਆਦਾ ਨਾਕੇਬੰਦੀ ਕੁਛ ਨਹੀਂ ਹੈ, ਪਰ ਲੋਕ ਆਪ ਹੀ ਡਰੇ, ਤੇ ਇਹੀ ਸਰਕਾਰ ਚਾਹੁੰਦੀ ਸੀ ਕਿ ਲੋਕ ਆਪਣੇ ਆਪ ਸਮਝਦਾਰ ਹੋ ਕੇ ਅੱਗੇ ਆਉਣ। ਹੁਣ ਇਹ ਸਮਝਦਾਰੀ ਜਦੋਂ ਅਨਲੋਕਿੰਗ ਹੋਏਗੀ, ਮਾਸਕ ਪਾ ਕੇ ਦਿਖਾਉਣਗੇ ਕਿ ਨਹੀਂ, ਇਹ ਜ਼ਰੂਰੀ ਹੋਏਗਾ, ਕਿਉਂਕਿ ਅੱਜ ਸਾਰੇ 2-2 ਮਾਸਕ ਪਾ ਰਹੇ ਨੇ, ਪਰ ਜਦੋਂ ਸਭ ਕੁਝ ਠੀਕ ਹੋ ਗਿਆ ਸੀ ਦਸੰਬਰ ਜਨਵਰੀ ਫਰਵਰੀ ਦੇ ਵਿੱਚ, ਉਸ ਟਾਈਮ ਦੇ ਵਿੱਚ 1 ਮਾਸਕ ਪਾਉਣਾ ਵੀ ਲੋਕਾਂ ਨੇ ਬੰਦ ਕਰਤਾ ਸੀ, ਪਰ ਹੁਣ ਜੇ ਮਾਸਕ ਪਾਉਣਾ 1 ਮਾਸਕ ਵੀ ਭਾਵੇਂ ਪਾਉਣ ਉਹ ਸ਼ੁਰੂ ਕਰ ਦੇਣ, ਤੇ ਇਹ ਚੀਜ਼, ਇਹ ਤੀਜੀ ਲਹਿਰ ਜਾਂ ਕੋਈ ਹੋਰ ਦਿੱਕਤ ਦੁਬਾਰਾ ਨਹੀਂ ਆ ਸਕਦੀ ਹੈ। ਤੇ ਅੱਜ ਜਿਹੜਾ ਦਿੱਲੀ ਦੇ, ਹਾਲਾਂਕਿ ਇੱਕ ਪ੍ਰੀਕੋਸ਼ਨ ਲੈਣ ਦੀ ਲੋੜ ਇਹ ਹੈ ਕਿ ਦਿੱਲੀ ਦੇ ਆਸ ਪਾਸ ਦੇ ਜਿਹੜੇ ਇਲਾਕੇ ਨੇ, ਹਰਿਆਣਾ ਦੇ ਵਿੱਚ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ, ਰਾਜਸਥਾਨ ਦੇ ਵਿੱਚ, ਯੂਪੀ ਦੇ ਵਿੱਚ ਜ਼ਰੂਰ ਥੋੜੇ ਮਾਮਲੇ ਘਟੇ ਨੇ, ਪਰ ਕਾਫੀ ਹਾਲੇ ਵੀ ਜ਼ਿਆਦਾ ਨੇ, ਤੇ ਇਸ ਕਰਕੇ ਦਿੱਲੀ ਦੇ ਵਿੱਚ ਹੋ ਸਕਦਾ ਕਿ ਬਾਰਡਰ ਕਲੋਜ਼ ਰਹਿਣ ਤੇ ਦਿੱਲੀ ਹੌਲੇ ਹੌਲੇ ਅਨਲੋਕਿੰਗ ਕਰ ਦਿੱਤੀ ਜਾਏ, ਪਰ ਇਹ ਹਫ਼ਤਾ ਤੇ ਬਾਅਦ ਅਗਲੇ ਹਫ਼ਤੇ ਜ਼ਰੂਰ ਕੋਈ ਵੱਡਾ ਫੈਸਲਾ ਇਹਦੇ ਵਿੱਚ ਆ ਸਕਦਾ ਹੈ। ਬਿਲਕੁਲ, ਤਮਾਮ ਜਾਣਕਾਰੀ ਲਈ ਧੰਨਵਾਦ ਨਿਤਿਨ। ਸੋ ਦਿੱਲੀ ਦੇ ਵਿੱਚ ਲੋਕਡਾਊਨ ਦਾ ਫਾਇਦਾ ਦਿਖਾਈ ਦਿੱਤਾ ਹੈ, ਜਿੱਥੇ ਕੁਝ ਦਿਨ ਪਹਿਲਾਂ ਤੱਕ ਹਾਹਾਕਾਰ ਮਚੀ ਹੋਈ ਸੀ, ਹਸਪਤਾਲਾਂ 'ਚ ਬੈੱਡ ਨਹੀਂ ਮਿਲ ਰਹੇ ਸੀਗੇ, ਲੋਕਾਂ ਨੂੰ ਆਕਸੀਜਨ ਨਹੀਂ ਸੀ ਮਿਲ ਰਹੀ, ਤਾਂ ਦਿੱਲੀ ਸਰਕਾਰ ਨੇ ਕਿਹਾ ਸੀ ਕਿ ਜੋ ਸਾਡਾ ਸਿਸਟਮ ਵਿਗੜਿਆ ਹੋਇਆ ਉਹਨੂੰ ਦੁਬਾਰਾ ਲੀਹ 'ਤੇ ਲਿਆਉਣ ਦੇ ਵਾਸਤੇ, ਰਿਕਵਰੀ ਵਾਸਤੇ ਲੋਕਡਾਊਨ ਜ਼ਰੂਰੀ ਹੈ। ਇਸ ਲਈ ਦਿੱਲੀ ਸਰਕਾਰ ਨੇ ਲੋਕਡਾਊਨ ਲਗਾਇਆ ਅਤੇ ਦਿੱਲੀ ਦੇ ਵਿੱਚ ਮਾਮਲਿਆਂ 'ਚ ਵੱਡੀ ਗਿਰਾਵਟ ਨਜ਼ਰ ਆਈ ਹੈ, ਜੋ ਰੋਜ਼ਾਨਾ
ਰਿਵਿਊ ਹੁੰਦੇ ਨੇ ਉਹਦੇ 'ਚ ਕਾਫੀ ਗਿਰਾਵਟ ਨਜ਼ਰ ਆਈ ਹੈ, ਪੋਜ਼ਿਟਿਵਿਟੀ ਰੇਟ ਕਾਫੀ ਘਟਿਆ ਹੈ, ਤਾਂ ਫਾਇਦਾ ਲੋਕਾਂ ਨੂੰ ਜ਼ਰੂਰ ਲੋਕਡਾਊਨ ਦਾ? ਹਾਲਾਂਕਿ ਪਰੇਸ਼ਾਨੀਆਂ ਤਾਂ ਜ਼ਰੂਰ ਹੁੰਦੀਆਂ ਜਦੋਂ ਪਾਬੰਦੀਆਂ ਲੱਗ ਜਾਂਦੀਆਂ ਨੇ, ਕੰਮਕਾਜ ਠੱਪ ਹੋ ਜਾਂਦੇ ਨੇ, ਲੋਕਾਂ ਨੂੰ ਦਿੱਕਤ ਤਾਂ ਜ਼ਰੂਰ ਆਉਂਦੀ ਹੈ, ਲੇਕਿਨ ਸਭ ਤੋਂ ਕੀਮਤੀ ਤਾਂ ਜਾਨ ਹੈ, ਉਸ ਨੂੰ ਬਚਾਉਣ ਦੇ ਵਾਸਤੇ ਦਿੱਲੀ ਸਰਕਾਰ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ ਸੀ, ਅਤੇ ਉਸਦਾ ਫਾਇਦਾ ਜੋ ਦਿੱਲੀ ਦੇ ਅੰਕੜੇ ਨੇ ਉਹਨਾਂ ਤੋਂ ਨਜ਼ਰ ਆ ਰਿਹਾ ਕਿ ਉੱਥੇ ਪੋਜ਼ਿਟਿਵਿਟੀ ਰੇਟ ਵੀ ਘਟਿਆ, ਰੋਜ਼ਾਨਾ ਜੋ ਨਵੇਂ ਮਾਮਲੇ ਸਾਹਮਣੇ ਨੇ ਉਹਨਾਂ ਦੇ ਵਿੱਚ ਵੀ ਗਿਰਾਵਟ ਨਜ਼ਰ ਆਈ ਹੈ, ਇਸੇ ਦੇ ਚੱਲਦੇ ਇਹ ਚੀਜ਼ ਸਟੇਬਲ ਰਹੇ ਅਤੇ ਮਾਮਲੇ ਹੋਰ ਨੀਚੇ ਆ ਜਾਣ, ਘਟਣ, ਪਸਾਰ ਰੁਕ ਜਾਵੇ, ਚੇਨ ਹੈ ਜੋ ਕਰੋਨਾ ਦੀ ਉਹਨੂੰ ਤੋੜਿਆ ਜਾ ਸਕੇ, ਇਸ ਲਈ ਇੱਕ ਹਫ਼ਤੇ ਦਾ ਹੋਰ ਲੋਕਡਾਊਨ ਲਗਾਇਆ ਗਿਆ, ਅਗਲੇ ਸੋਮਵਾਰ ਯਾਨੀ 24 ਮਈ ਸਵੇਰੇ 5 ਵਜੇ ਤੱਕ ਇਹ ਲਾਗੂ ਰਹੇਗਾ। ਉਸਦੇ ਬਾਅਦ ਹੋ ਸਕਦਾ ਹੈ ਕਿ ਕੋਈ ਵੱਡਾ ਡਿਸੀਜ਼ਨ ਅਨਲੋਕਿੰਗ ਨੂੰ ਲੈ ਕੇ ਦਿੱਲੀ ਸਰਕਾਰ ਲਵੇ। ਦੱਸ ਦਈਏ ਕਿ ਅੱਜ ਪੰਜਾਬ ਸਰਕਾਰ ਦੀ ਵੀ ਕੋਵਿਡ ਰਿਵਿਊ ਮੀਟਿੰਗ ਹੈ, ਅਤੇ ਉਸਦੇ ਵਿੱਚ ਵੀ ਕਈ ਅਹਿਮ ਫੈਸਲੇ ਲਏ ਜਾ ਸਕਦੇ ਨੇ। ਜੋ ਗਾਈਡਲਾਈਨਸ ਹੈਗੀਆਂ ਕੱਲ੍ਹ ਤੱਕ ਲਾਗੂ ਸਨ, 15 ਮਈ ਤੱਕ ਉਹ, ਅਤੇ ਅੱਜ ਨਵੀਆਂ ਗਾਈਡਲਾਈਨਸ ਆਉਣ ਦੀ ਸੰਭਾਵਨਾ, ਕੁਝ ਪਾਬੰਦੀਆਂ ਵਧਾਈਆਂ ਜਾਂ ਘਟਾਈਆਂ ਪੰਜਾਬ ਦੇ ਵਿੱਚ ਵੀ ਜਾ ਸਕਦੀਆਂ ਨੇ, ਤਾਂ ਜੋ ਪਹਿਲਾਂ ਕਰੋਨਾ ਦੀ ਜੋ ਹਾਲਾਤ ਨੇ ਉਹਦੀ ਸਮੀਖਿਆ ਕੀਤੀ ਜਾਵੇਗੀ, ਅਤੇ ਉਹਦੇ ਬਾਅਦ ਲਿਆ ਜਾਵੇਗਾ ਫੈਸਲਾ ਕਿ ਕੀ ਪੰਜਾਬ ਦੇ ਵਿੱਚ ਹੁਣ ਅੱਗੇ ਕੀ ਪਲੈਨਿੰਗ ਦੀ ਜ਼ਰੂਰਤ ਹੈ ਤਾਂ ਜੋ ਕਰੋਨਾ ਨੂੰ ਕੰਟਰੋਲ ਕੀਤਾ ਜਾ ਸਕੇ। ਇਹਨਾਂ ਤਮਾਮ ਅਪਡੇਟਸ ਲਈ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ।